ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਬੇਰੀਆਂਵਾਲ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਅਤੇ ਸ਼ਹਿਰ ਵੀਰ ਜੀ ਉਹਨਾਂ ਨੂੰ ਲਾਗੇ ਫਤਿਹਗੜ੍ਹ ਚੂੜੀਆਂ ਪੈ ਜਾਂਦਾ। ਫਤਿਹਗੜ੍ਹ ਚੂੜੀਆਂ ਬਿਲਕੁਲ ਨਾਲ ਹੀ ਆ ਜਿਹੜਾ, ਇੱਥੋਂ 1-2 ਕਿਲੋਮੀਟਰ ਹੀ ਆ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ, ਇੱਕੋ ਹੀ ਬੈਠ ਤੁਹਾਨੂੰ ਅੱਜ ਵਿਖਾਉਣੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਜੀ? ਚਲੋ ਵਧੀਆ, ਠੀਕ ਠਾਕ ਚਾਹੀਦਾ ਜੀ। ਤੇ ਨਾਮ ਦੱਸ ਦਿਓ ਕਰੀ ਆਪਣਾ। ਨਾਮ ਮੇਰਾ ਦੇਵਾ ਜੀ। ਤੇ ਐਡਰੈਸ ਵੀ ਦੱਸ ਦਿਓ। ਐਡਰੈਸ ਦੇਣਿਆਲਾ ਪਿੰਡ ਫਤਿਹਗੜ੍ਹ ਚੂੜੀਆਂ ਲਾਗੇ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਠੀਕ ਆ, ਤੇ ਫੋਨ ਨੰਬਰ ਵੀ ਬੋਲ ਦਿਓ। 7885-7684। ਠੀਕ ਆ, ਤੇ ਅੱਜ ਆਪਣੇ ਕੋਲ ਇੱਕੋ ਹੀ ਆ ਬੈਠ ਫਿਰ? ਇੱਕੋ ਵਿੱਚ ਹੀ ਆ। ਠੀਕ ਆ, ਅੱਛਾ, ਪਹਿਲੇ ਸਵੇਰ ਤੋਕੜ ਲਿਆਂਦੀ ਅਤੇ ਹੁਣ ਗਾਂ ਦੂਸਰਾ ਸੂਆ ਸੁਣ। ਠੀਕ ਆ, ਅਤੇ ਉਦੋਂ ਕਿੰਨਾ ਕੁ ਦੁੱਧ ਸੀ ਜਦੋਂ ਇਹਨੂੰ ਲਿਆਂਦਾ? ਅੱਛਾ, ਠੀਕ ਆ। ਅਤੇ ਅਥਾਨ ਇਹਦੇ ਕਰੀ ਲਾਗੇ ਤੋਂ ਦੇਖ ਸਕਦੇ ਜੀ? ਸੀਲ ਬਹੁਤ ਜ਼ਿਆਦਾ, ਭਾਵੇਂ ਇੱਧਰੋਂ ਦੀ ਬੈਠ ਗਈ, ਭਾਵੇਂ ਉੱਧਰੋਂ ਦੀ ਬੈਠ ਗਈ, ਕੋਈ ਚੱਕਰ ਨਹੀਂ ਹੈਗਾ। ਠੀਕ ਆ, ਅਤੇ ਇਹ ਤੁਹਾਡੇ ਕੋਲ ਹੀ ਬਣੀ ਆਣ ਕੇ ਫਿਰ? ਹਾਂ, ਠੀਕ ਆ। ਅਤੇ ਪਹਿਲੇ ਸਵੇਰ ਤੋਕੜ ਤੋਂ ਹੀ ਲਿਆਂਦੀ? ਅਤੇ ਸੱਜਰ ਦਾ ਕਿੰਨਾ ਦੁੱਧ ਦੱਸਿਆ ਜੀ? ਸੱਜਰ ਦਾ ਉਹਨਾਂ ਨੇ 14 ਗਲਾਸ ਚਵਾਇਆ ਜੀ। ਅੱਛਾ, ਪਹਿਲੇ ਸਵੇ? ਹਾਂਜੀ, ਤੇ ਕੋਈ ਸਾਂਭ ਕੇ ਰੱਖੂਗਾ, 16 ਕਿਲੋ ਦੁੱਧ ਕੱਢੇ ਗਏ ਸੀ। ਅੱਛਾ, 16 ਲੀਟਰ ਦੁੱਧ ਹੀ ਚਵਾ ਜੂਗੀ, ਤੋਰੋ ਮੈਂ ਇੱਕ ਵਾਰੀ ਫਿਰ। ਬਾਕੀ ਇਹ ਕਿ ਕੱਦ ਕਾਠ ਚੰਗਾ, ਉਸ ਤਰ੍ਹਾਂ ਰੰਗ ਰੂਪ ਦੀ ਵੀ ਚੰਗੀ ਹੈ, ਦੁੱਧ ਦਾ ਕੰਮ ਹੈ ਵੀਰ ਜੀ ਹੁਣਾਂ ਦਾ, ਜਿਹੜਾ ਸ਼ਹਿਰ ਦੇ ਫਤਿਹਗੜ੍ਹ ਸ਼ਹਿਰ ਦੁੱਧ ਜਿਹੜਾ ਖੜਦੇ ਆ, ਉਹ ਜਿਹੜੇ ਪਸ਼ੂ ਵੀਰ ਜੀ ਹੁਣ ਦਰਖਤ ਦੇ ਨਾਲ, ਬਾਕੀ ਘਰ ਦੇ ਬੱਚੇ ਆ ਜਿਹੜੇ। ਠੀਕ ਆ, ਠੀਕ ਆ। ਬਾਕੀ ਇਹ ਗਾਂ ਇੱਧਰ ਲਿਆਂਦੀ ਆ, ਅਤੇ ਬਾਕੀ ਉੱਧਰ ਸਾਰੀਆਂ ਡਿੰਗਣ ਦੀਆਂ ਪਈਆਂ। ਆਜੋ ਲੈ ਆ ਵੀਰ ਜੀ, ਰੰਗ ਰੂਪ ਦੀ ਚੰਗੀ ਆ ਤਰ੍ਹਾਂ। 16 ਕੁ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਹਰ ਕੀ ਚਵਾਈ ਜਾਊਗੀ, ਬਾਕੀ ਦੇ ਨਾ ਜੇ ਇਹਨੇ ਕੋਈ ਹਫ਼ਤੇ ਦੇ ਲਾਗੇ ਬੰਨੇ ਲੈ ਜਾਊਗੀ ਜੀ। ਬਾਕੀ ਇਹ ਢਿੱਲਾ ਢੁੱਲਾ ਹਵਾਨੇ 'ਚ ਚੰਗੀਆਂ ਵਾ। ਹਵਾਨਾ ਚੰਗਾ ਭਰਨਾ ਵਾ ਇਹਨੇ, ਬਾਕੀ ਛੱਡੀ ਛੁੱਟੀ ਪੂਰੇ ਟਾਈਮ ਸਿਰ ਹੀ ਫਿਰ? ਅੱਛਾ, ਅਜੇ 9-10 ਦਿਨ ਖੜਦੀ ਆ? ਅੱਛਾ, ਅਤੇ ਮੁੱਲ ਫਿਰ ਇਹਦਾ ਕਰ ਦਈਏ ਜੇ ਅੱਜ ਹੀ ਕਿ ਜਿਹੜਾ ਵਾ ਉਸ ਹਿਸਾਬ ਨਾਲ ਸਾਂਭ ਛੱਡ ਕੇ ਦੇ ਦਈਏ, ਕਿੰਨੇ ਦੀ ਦੇਣੀ ਆ ਫਿਰ? 47,000 ਦੀ, ਬਾਕੀ 46,000 ਦੀ, ਅਤੇ ਮੌਕੇ 'ਤੇ ਹੋਰ ਕਰ ਦਿਓ ਕਿ ਮਨ ਤਨ? ਚਲੋ ਕੋਈ ਫੋਨ ਲਾਵੇ ਇੱਕ ਕਰੀ, ਹੈ ਨਾ? ਠੀਕ ਆ, ਅਤੇ ਉਸ ਤਰ੍ਹਾਂ ਥਣ ਥੁਣ ਓਕੇ ਸਾਰੇ? ਠੀਕ ਆ, ਠੀਕ ਆ ਜੀ, ਠੀਕ ਆ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚ ਚਾਖ ਕੇ ਖੜੇ, ਉਹ ਤਰ੍ਹਾਂ ਕਹਿਣਾ ਕਹੋ ਵੀਰ ਜੀ, ਔਰ ਠੀਕ ਆ ਜੀ, ਆਪਣੀ ਸਮਝਣਾ, ਇੱਥੇ ਆਓ, ਪਾਸ ਕਰਕੇ ਖੜੋ,
ਜੋ ਵੀ ਹੈ ਸਾਰਾ ਕੁਛ ਤੁਹਾਡੇ ਸਾਹਮਣੇ ਹੈ।